ਫਰੀਦਕੋਟ ਦੀ ਸੰਗਤਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਸੀ। ਹੁਣ ਜਿਵੇਂ ਸਭ ਨੂੰ ਪਤਾ 1 ਤਰੀਕ ਨੂੰ ਚੋਣਾਂ ਆ ਰਹੀਆਂ ਨੇ, ਵੋਟਾਂ ਹੋਣੀਆਂ ਨੇ, ਅਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ, ਉਹਨਾਂ ਨੂੰ ਵੋਟਾਂ ਪਾ ਕੇ MP ਬਣਾਇਆ ਜਾਵੇ, ਕਿਉਂਕਿ ਹੁਣ 1 ਜੂਨ 1984 ਨੂੰ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਸੀ ਭਾਰਤ ਦੀ ਸਰਕਾਰ ਨੇ, ਅਤੇ ਅੱਜ ਸਾਡੇ ਕੋਲ 40 ਸਾਲ ਬਾਅਦ ਮੌਕਾ ਆਇਆ ਕਿ ਆਪਾਂ ਆਪਣੀ ਗੱਲ ਕਹਿ ਸਕੀਏ, ਅਤੇ ਆਪਾਂ ਆਪਣੀ ਗੱਲ ਵੋਟਾਂ ਰਾਹੀਂ ਬਹੁਤ ਸੋਹਣੀ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕਦੀ ਹੈ ਜੇ ਆਪਾਂ ਸਰਬਜੀਤ ਸਿੰਘ ਨੂੰ ਜਿਤਾ ਕੇ ਆਪਾਂ ਸੰਸਦ ਭੇਜੀਏ। ਅਤੇ ਮੇਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ, ਅਤੇ ਜਿਵੇਂ ਸਾਡੇ ਮਾਤਾ ਜੀ 1999 ਵਿੱਚ MP ਬਣ ਕੇ ਉੱਥੇ ਰੋਪੜ ਦੀ ਸੰਗਤਾਂ ਦੇ ਲੋਕਾਂ ਦੇ ਕੰਮ ਆਏ ਸੀ, ਐਵੇਂ ਹੀ ਸਰਬਜੀਤ ਆਊਗਾ। ਸਾਡੇ ਮਾਤਾ ਜੀ ਜਿਵੇਂ ਆਪਣੀ ਗੱਡੀ 'ਚ ਬਿਠਾ ਕੇ, ਕਿਸੇ ਦੀ ਪ੍ਰੋਬਲਮ ਹੁੰਦੀ ਸੀ, ਕਿਸੇ ਦਾ ਕੋਈ ਮਸਲਾ ਹੁੰਦਾ ਸੀ, ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੀ, ਅਤੇ ਐਵੇਂ ਹੀ ਸਰਬਜੀਤ ਵੀ ਤੁਹਾਨੂੰ ਆਪਣੀ ਗੱਡੀ 'ਚ ਬਿਠਾ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਊਗਾ। ਬੇਸ਼ੱਕ ਉਹਨੂੰ ਤਾਂ ਇੰਨਾ ਸਿੱਧਰ ਆਇਆ ਉਹ ਕਿ ਉਹਨੂੰ ਤਾਂ ਬਾਂਹ ਫੜ ਕੇ ਤੁਸੀਂ ਆਪਣੇ ਨਾਲ ਲੈ ਜਾਇਓ, ਉਹ ਕਿਸੇ ਨੂੰ ਮਨਾ ਨਹੀਂ ਕਰਦਾ। ਅਤੇ ਹੈ ਨਾ, ਕੋਈ ਵੀ ਕੰਮ ਹੁਣ ਪਿੰਡ ਦੇ, ਪੰਚਾਇਤ ਦੇ, ਸ਼ਹਿਰ ਦੇ ਕੋਈ ਵੀ ਮਸਲਾ ਹੋਵੇ ਅਤੇ ਉਹ ਵੱਧ ਚੜ ਕੇ ਤੁਹਾਡੀ ਆਪ ਜੀ ਦੀ ਹੈ ਨਾ ਮਦਦ ਕਰੂਗਾ। ਅਤੇ ਜਿਵੇਂ ਦੂਜੀ ਥਾਂ 'ਤੇ ਇੱਕ ਜਿਹੜਾ ਕਲਾਕਾਰ ਹੈਗਾ, ਉਹ ਨਾ ਜੋ ਤੁਸੀਂ ਉਹਨੂੰ ਮਿਲਣਾ ਹੋਵੇ, ਪਹਿਲੀ ਗੱਲ ਤਾਂ ਤੁਸੀਂ ਫੋਨ ਕਰੋਗੇ, ਉਹਦਾ ਕੋਈ PA ਚੱਕੂਗਾ, ਪਤਾ ਨਹੀਂ ਕੌਣ ਚੱਕੂਗਾ, ਸਿਕਿਉਰਿਟੀ ਨੂੰ ਚੱਕੂਗਾ, ਪਹਿਲਾਂ ਤਾਂ ਸਿਕਿਉਰਿਟੀ 'ਚ ਘਿਰੇ ਰਹਿੰਦੇ ਆ, ਹੈ ਨਾ। ਉਹ ਫਿਰ ਦੱਸਣਗੇ ਜੀ ਉਹ ਕਦੋਂ ਬਿਜ਼ੀ ਨੇ, ਕਦੋਂ ਮਿਲ ਸਕਦੇ ਨੇ, ਫਿਰ ਤੁਹਾਨੂੰ 10 ਦਿਨ ਬਾਅਦ ਦੀ ਡੇਟ ਦੇਣਗੇ, ਫਿਰ ਪਤਾ ਨਹੀਂ ਉਹ ਮਿਲੂਗਾ ਕਿ ਨਹੀਂ ਮਿਲੂਗਾ। ਅਗਲੇ ਨੇ ਆਪਣੀ ਸ਼ੂਟਿੰਗਾਂ ਵੀ ਕਰਨੀਆਂ, ਤੁਹਾਡੀ ਉਹ ਆਪਣੀ ਸ਼ੂਟਿੰਗਾਂ ਕਰੂਗਾ ਕਿ ਤੁਹਾਡੇ ਕੰਮ ਕਰੂਗਾ। ਇਸ ਲਈ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਕਿ ਤੁਸੀਂ ਸਰਬਜੀਤ ਨੂੰ ਜਿਤਾਓ, ਅਤੇ ਆਪਣੇ ਤੁਹਾਡੇ ਹੈ ਨਾ ਉਹਦੀ ਜਿੱਤ ਇਕੱਲੇ ਇਕੱਲੇ ਪਿੰਡ ਦੇ ਸਾਰੇ ਕੌਮ ਦੀ ਜਿੱਤ ਹੋਊਗੀ, ਕਿਉਂਕਿ ਆਪਣੇ ਇੱਕ ਤਾਂ ਆਪਣੀ ਬਹੁਤ ਵਧੀਆ ਗੱਲ ਹੋਊਗੀ ਕਿ ਅੱਜ 40 ਸਾਲ ਬਾਅਦ ਸ਼ਹੀਦ ਭਾਈ ਬੇਅੰਤ ਸਿੰਘ ਦੇ ਬੇਟੇ ਨੂੰ ਜਿਤਾ ਕੇ ਸਾਧ ਸੰਗਤ ਨੇ ਪਾਰਲੀਮੈਂਟ 'ਚ ਭੇਜਿਆ, ਨਾਲੇ ਤੁਹਾਡੇ ਪੂਰੇ ਸਾਰੇ ਕੰਮ ਕਰੂਗਾ। ਇਸ ਲਈ ਨਾਲੇ ਉਹ ਤਾਂ ਆਪ ਫੋਨ ਚੱਕਦਾ, ਤੇ ਸਿੱਧਾ ਫੋਨ ਕਰਕੇ, ਅੱਜ ਵੀ ਜਦੋਂ ਤੁਸੀਂ ਸਿੱਧਾ ਫੋਨ ਕਰੋ, ਉਹਨੇ ਆਪ ਨੰਬਰ ਦਿੱਤਾ ਆਪਣਾ ਫੇਸਬੁੱਕ 'ਤੇ, ਸਿੱਧਾ ਫੋਨ ਕਰੋ ਅਤੇ ਉਹ ਆਪ ਫੋਨ ਚੱਕਦਾ। ਅਤੇ ਇਸ ਲਈ ਐਵੇਂ ਉਹ ਅੱਗੇ ਵੀ ਐਂ ਰਹੂਗਾ। ਅਤੇ ਸਿੱਖ ਕੌਮ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਮੌਕਾ ਖੁਸ ਨਾ ਜਾਵੇ। ਇਹ ਮੌਕਾ ਬਹੁਤ ਵਧੀਆ ਹੈ ਜੇ ਸਾਡੇ 2-3 MP ਜਿੱਤ ਜਾਣ, ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ, ਸਰਬਜੀਤ ਸਿੰਘ ਫਰੀਦਕੋਟ ਤੋਂ, ਅਤੇ ਸਾਡੀ ਪੰਥਕ ਲੀਡਰਸ਼ਿਪ ਦੁਬਾਰਾ ਰਿਵਾਈਵ ਹੋ ਜੂਗੀ। ਫਿਰ ਸਾਡਾ 2027 ਵਿੱਚ ਪੰਥਕ ਸਰਕਾਰ ਬਣਨ ਦੇ ਬਹੁਤ ਚਾਂਸ ਨੇ। ਇਸ ਲਈ ਇਹ ਇਕੱਲੀ ਜਿੱਤ ਸ਼ਹੀਦ ਭਾਈ ਬੇਅੰਤ ਸਿੰਘ ਨੂੰ ਸ਼ਰਧਾ ਦੀ ਫੁੱਲ ਨਹੀਂ ਹੋਊਗੀ, ਸੋ ਪੰਜਾਬ ਨੂੰ ਵੀ ਲੀਹ 'ਤੇ ਲਿਆ ਸਕਦੇ ਹਾਂ ਆਪਾਂ। ਇਸ ਲਈ ਸਿੱਖ ਕੌਮ ਨੂੰ ਬੇਨਤੀ ਹੈ, ਫਰੀਦਕੋਟ ਦੀ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ, ਹੁਣ ਥੋੜ੍ਹੇ ਦਿਨ ਰਹਿ ਗਏ ਨੇ, 5-6 ਦਿਨ ਰਹਿ ਗਏ ਨੇ, ਵੱਧ ਤੋਂ ਵੱਧ ਵੋਟਾਂ ਪਾ ਕੇ ਸਰਬਜੀਤ ਨੂੰ ਜਿਤਾਓ, ਅਤੇ ਕਿਸੇ ਹੋਰ ਕਿਸੇ ਦੇ ਐਕਟਰ ਦੇ ਲਾਰਿਆਂ 'ਚ ਨਾ ਆ ਜਾਇਓ, ਕਿਉਂਕਿ ਉਹ ਤਾਂ ਐਕਟਿੰਗ ਕਰਦੇ ਨੇ, ਅਤੇ ਸਾਡੇ ਪਿਤਾ ਜੀ ਤਾਂ ਅਸਲੀ ਹੀਰੋ ਹੈਗੇ ਆ, ਕੌਮ ਦੇ ਅਸਲ ਹੀਰੋ ਨੇ, ਜਿਨ੍ਹਾਂ ਨੇ ਆਪ ਹੈ ਨਾ ਕੌਮ ਦੀ ਸੇਵਾ ਕੀਤੀ। ਇਹ ਤਾਂ ਫਿਲਮਾਂ 'ਚ ਹੀ ਹੈ, ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਰਬਜੀਤ ਨੂੰ ਵੋਟਾਂ ਪਾ ਕੇ ਸੰਸਦ ਪਹੁੰਚਾਓ, ਅਤੇ ਹੈ ਨਾ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।